ਲੰਬਾਈ ਚ ਹੋ ਜਾ, ਕਰਾ ਲੰਬਾਈ ਚ, ਲੰਬਾਈ ਚ ਆ ਜਾ, ਲੰਬਾਈ ਚ ਆ ਜਾ, ਪਿੱਛੇ ਥੋੜਾ ਝੰਮਰ ਛੇਤੀ ਆਮਣਾ ਮੈਨੂੰ ਕੰਮ ਦਾ ਕੋਈ ਬੜੀ ਹਿੰਮਤ ਨਹੀਂ ਕਰਾਂ। ਪਿਛਲੇ ਸਾਲ ਮੇਰੇ ਨਾਲ ਧੱਕਾ ਤੇ ਮੇਰੇ ਮਨ ਚ ਜੋ ਕੀਤਾ ਵਾ ਹੈਗਾ, ਮੈਂ ਤੇ ਤੁਹਾਨੂੰ ਘੱਟੋ ਘੱਟ ਜੇ ਤੁਸੀਂ ਲੋਕਾਂ ਦੀਆਂ ਵੱਟਾਂ ਤੇ ਚੜ੍ਹ ਦਿਓ, ਮੈਂ ਤੁਹਾਨੂੰ ਉੱਧਰ ਰੋਵਾਂ ਕਨਾਲ ਦੇ ਨਾਲ ਜ਼ਿਆਦਾ ਨਹੀਂ, ਕਨਾਲ ਦੇ ਨਾਲ ਜ਼ਰੂਰ ਦੂੰਗਾ। ਦੂਜੇ ਲਈ ਗੋਬਰ ਗੈਸ ਪਲਾਂਟ ਲਾ ਕੇ ਤੁਹਾਡੇ ਘਰਾਂ ਚ ਗੈਸ ਦਵਾਂਗੇ, ਤੁਹਾਡੇ ਬੱਚੇ ਬਾਹਰ ਪੜ੍ਹਨ ਜਾਂਦੇ ਨੇ, ਮੈਂ ਘੱਟੋ ਘੱਟ ਪਲੱਸ ਟੂ ਦਾ ਹਾਂ ਸੋਚਾਂਗਾ। ਮੈਂ ਕਸਮ ਖਾ ਕਹਿੰਦਾ ਮਹਾਰਾਜ, ਮੈਂ ਗਲਤ ਨਾਰੇ ਲਾਉਂਦਾ ਵੀ ਤੁਹਾਨੂੰ ਰੇੜੀਆਂ ਦੇ ਦੂੰਗਾ, ਇਹ ਕਰ ਦੂੰਗਾ, ਮੈਂ ਜੋ ਗੱਲ ਕਰੂੰਗਾ ਕਰੂੰਗਾ, ਪਲੱਸ ਵਨ ਦਾ ਸਕੂਲ ਨਾ ਦੇਣਾ ਸ਼ੁਰੂ ਕਰੂੰਗਾ ਤੇ ਕਰੂੰਗਾ, ਗੋਬਰ ਗੈਸ ਲਾ ਕੇ ਤੁਹਾਨੂੰ ਗੈਸ ਦਊਂਗਾ ਤੇ ਦਊਂਗਾ ਪੱਕਾ। ਪਹਿਲੇ ਸਾਲ 10 ਪਰਿਵਾਰਾਂ ਦੇ ਮਕਾਨ ਪਹਿਲੇ ਸਾਲ ਬਣਾ ਕੇ ਦਊਂਗਾ, ਹੁਣ ਚੋਣ ਤੁਸੀਂ ਕਰਨੀ ਵੀ ਪਹਿਲਾਂ 10 ਜਿਹੜੇ ਹੋਣਗੇ ਉਹਨਾਂ ਨੂੰ ਬਣਾ ਕੇ ਦਊਂਗਾ, ਮੈਂ ਗਲਤ ਨਹੀਂ ਕਰਦਾ। ਬਸ ਟੈਂਪੂ ਲਾਊਂਗਾ, ਡਾਕਟਰ MBBS ਬਾਹਰ ਜਾਂਦੇ ਹੋ ਦਾਖਲ ਹੋਣਾ ਪੈਂਦਾ, ਇੱਥੇ 5 ਬੈੱਡ ਹੋਣਗੇ, ਕੁਝ ਜ਼ਿਆਦਾ ਬਿਮਾਰ ਡਾਕਟਰ ਸਾਹਿਬ ਹੋਣਗੇ, ਪੱਕੇ 2 ਟੈਂਪੂ ਲੈ ਕੇ ਆਪਾਂ ਲਾਉਣੇ ਲਾਉਣੇ ਆ, 2 ਟੈਂਪੂ ਪੱਕੇ ਲਾਉਣੇ ਲਾਉਣੇ ਆ। ਦੋ ਆਪਾਂ ਛੋਟੀਆਂ ਬੱਸਾਂ, ਛੋਟੇ ਛੋਟੇ ਬੱਚੇ ਜਿਹੜੇ ਲੈ ਕੇ ਜਾਂਦੇ ਨੇ ਲੈ ਲੈਣੀਆਂ ਨੇ, ਦੋਨੇ ਗੇੜੇ ਲਾਉਂਦੇ ਰਹਿਣਗੇ, ਉਹਨਾਂ ਕੋਲ ਕਿਰਾਇਆ ਰੱਖਾਂਗੇ ਜਿੱਥੋਂ ਉਹਦੇ ਖਰਚੇ ਨਿਕਲ ਜਾਣ, ਠੀਕ ਹੈ ਜੀ। ਇਹ ਕਰਾਂਗੇ, ਹਸਪਤਾਲ ਬਣਾਵਾਂਗੇ, ਸਕੂਲ ਬਣਾਵਾਂਗੇ, ਘਰਾਂ ਤੇ ਗੋਬਰ ਗੈਸ ਆਪਾਂ ਗੈਸ ਦੇਵਾਂਗੇ। ਹਾਂਜੀ, ਚਲ ਵੇਖੀ ਤੇਰੇ ਤੋਂ ਹੀ ਸਾਰੇ ਕੰਮ ਹੈ, ਤੂੰ ਕਹਿ ਰਹੀ ਮਾਇਆ ਨਾਮ ਗੱਜਣ ਸਿੰਘ ਹੈ ਜੀ, ਮੈਂ ਪਿੰਡ ਹਰਿਓ ਖੁਰ ਤੋਂ, ਬਲਾਕ ਪਾਤੜਾਂ ਦਾ ਪਿੰਡ ਹੈ, ਉੱਥੋਂ ਸਰਪੰਚੀ ਦੀ ਚੋਣ ਲੜ ਰਿਹਾ। ਮੇਰਾ ਚੋਣ ਨਿਸ਼ਾਨ ਟਰੈਕਟਰ ਹੈ, ਜਿਹੜੇ ਮੇਰੇ ਮੁੱਦੇ ਨੇ, ਮੇਰਾ ਮੁੱਦਾ ਮੇਨ ਮੁੱਦਾ ਵਿਕਾਸ ਦਾ ਹੈ, ਠੀਕ ਹੈ। ਵਿਕਾਸ ਦਾ ਮੇਰਾ ਮੁੱਦਾ, ਸਭ ਤੋਂ ਪਹਿਲਾਂ ਮੈਂ ਸਿਹਤ ਨੂੰ ਲੈ ਕੇ ਚੱਲਾਂਗਾ, ਸਿਹਤ ਵਾਸਤੇ ਆਪਣਾ ਉਪਰਾਲੇ ਕਰਾਂਗਾ, ਫਿਰ ਮੇਰਾ ਸਿੱਖਿਆ ਦਾ, ਸਿੱਖਿਆ ਵਾਸਤੇ ਮੈਂ ਸਕੂਲ ਜਿਹੜਾ ਸਾਡਾ 10ਵੀਂ ਦਾ ਉੱਥੇ ਪਲੱਸ ਵਨ ਸ਼ੁਰੂ ਕਰਾਂਗਾ ਸਰਕਾਰ ਤੋਂ ਮਨਜ਼ੂਰ ਲੈ ਕੇ। ਮੇਨ ਸਮੱਸਿਆ ਜਿਹੜੀ ਹੈ ਜੀ ਬੇਰੁਜ਼ਗਾਰੀ ਹੈ, ਮੇਨ ਸਮੱਸਿਆ ਬੇਰੁਜ਼ਗਾਰੀ। ਵੈਸੇ ਤਾਂ ਜੇ ਆਪਾਂ ਮੁੱਢਲੀਆਂ ਜਾਈਏ ਤਾਂ ਗਲੀਆਂ ਨਾਲੀਆਂ ਦਾ ਬਹੁਤ ਮਾੜਾ ਹਾਲ ਹੈ, ਬਹੁਤ ਮਾੜਾ ਹਾਲ ਹੈ, ਅਸੀਂ ਗਲੀਆਂ ਨਾਲੀਆਂ ਬਣਾ। ਪਰ ਜਿਹੜੀ ਜਦੋਂ ਸਿੱਖਿਆ ਹੋਏਗੀ, ਜਦੋਂ ਆਪਣੇ ਕੋਲ ਰੁਜ਼ਗਾਰ ਹੋਏਗਾ ਤਾਂ ਆਪਾਂ ਕੁਛ ਨਾ ਕੁਛ ਕਰਨ ਦੇ ਕਾਬਲ ਹੋ। ਮੇਰੀ ਗਲੀਆਂ ਨਾਲੀਆਂ ਹਮੇਸ਼ਾ ਬਣਦੀਆਂ ਆਈਆਂ, ਅਸੀਂ ਉੱਥੇ ਪੈਸਾ ਜ਼ਿਆਦਾ ਨਹੀਂ ਦੱਬਾਂਗੇ, NRI ਵੀਰਾਂ ਦਾ ਪੂਰਾ ਸਹਿਯੋਗ ਹੈ ਸਾਨੂੰ। ਪੀਣ ਵਾਲੇ ਪਾਣੀ ਦਾ ਜਿਹੜਾ ਦੂਸ਼ਿਤ ਹੋ ਚੁੱਕਿਆ, ਹੁਣੇ ਹੁਣੇ ਸਾਡੀ ਸਰਕਾਰ ਨੇ ਸਾਡਾ ਜਿਹੜਾ ਉਹ ਬੋਰ ਲਾ ਕੇ ਦਿੱਤਾ, ਉਹ ਤਕਰੀਬਨ 1300-1750 ਫੁੱਟ ਡੂੰਘਾ, ਉੱਥੋਂ ਦਾ ਪਾਣੀ ਬਹੁਤ ਸਾਫ਼ ਹੈ। ਸਾਡੀ ਪ੍ਰਪੋਜ਼ਲ ਹੈ ਵੀ ਹੁਣ ਗਲੀਆਂ ਬਣਾਉਣ ਤੋਂ ਪਹਿਲਾਂ ਅਸੀਂ ਸਾਰੇ ਪਿੰਡ ਵਿੱਚ ਪਾਈਪਲਾਈਨ ਦੱਬਾਂਗੇ, ਉਹ ਪਾਈਪਲਾਈਨ ਦੱਬ ਕੇ ਇਕੱਲੇ ਘਰ 'ਚ ਪਾਣੀ ਪਹੁੰਚਦਾ ਕਰਾਂਗੇ, ਸਾਫ਼ ਅਤੇ ਸਵੱਛ ਪਾਣੀ ਪਹੁੰਚਦਾ ਕਰਾਂਗੇ। RO ਚੱਲਦਾ, RO ਦਾ ਵੀ ਕਰਾਂਗੇ ਉਪਰਾਲਾ, ਬਾਕੀ ਨਹੀਂ ਤਾਂ ਜਦੋਂ ਟੈਂਕੀ ਦਾ ਪਾਣੀ ਬਿਲਕੁਲ ਸਾਫ਼ ਹੈ, ਉਹ ਘਰ ਘਰ ਪਹੁੰਚਦਾ ਕਰਾਂਗੇ ਜੀ। ਵੋਟਰਾਂ ਨੂੰ ਅਪੀਲ ਕੀ ਹੈ, ਤੁਸੀਂ ਵਿਕਾਸ ਦੇ ਨਾਂ 'ਤੇ, ਇਮਾਨਦਾਰੀ ਦੇ ਨਾਂ 'ਤੇ, ਸੱਚਾਈ ਦੇ ਨਾਂ 'ਤੇ ਵੋਟ ਪਾਓ। ਅਸੀਂ ਕਿਸੇ ਨੂੰ ਝੂਠ ਨਹੀਂ ਬੋਲਦੇ, ਅਸੀਂ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ, ਅਸੀਂ ਚੋਣ ਮੈਨੀਫੈਸਟੋ ਜੋ ਕਹਾਂਗੇ ਉਹ ਕਰਾਂਗੇ, ਅਸੀਂ ਚੋਣ ਮੈਨੀਫੈਸਟੋ ਲੈ ਕੇ ਲੋਕਾਂ 'ਚ ਜਾਵਾਂਗੇ। ਜਿਹੜਾ ਪਹਿਲੇ ਸਾਲ ਵਾਲਾ ਕੱਲਾਂ ਦਾ ਕੰਮ ਹੈ ਤਾਂ ਉਹ ਪਹਿਲੇ ਸਾਲ 'ਚ ਕਰਾਂਗੇ, ਅਸੀਂ ਲੋਕਾਂ ਨੂੰ ਜਵਾਬ ਦੇ ਹੋਵਾਂਗੇ, ਜੇ ਉਹ ਕੰਮ ਪੂਰੇ ਨਹੀਂ ਹੁੰਦੇ ਤਾਂ ਅਸੀਂ ਪਹਿਲੇ ਸਾਲ ਹੀ ਲੋਕਾਂ ਪਹਿਲੇ ਸਾਲ ਤੋਂ ਲੋਕਾਂ ਨੂੰ ਜਵਾਬ ਦੇ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ, ਹੱਥ ਬੰਨ ਕੇ ਅਪੀਲ ਕਰਦਾ ਕਿ ਜਿਹੜੀ ਆਉਣ ਵਾਲੀ 15 ਤਰੀਕ ਨੂੰ ਜਿਹੜੀ ਤੁਹਾਡੀ ਇਕੱਲੀ ਵੋਟ ਹੈ, ਉਹ ਸਾਡਾ ਚੋਣ ਨਿਸ਼ਾਨ ਟਰੈਕਟਰ ਹੈ,
ਤੇ ਸਾਡੇ ਚੋਣ ਨਿਸ਼ਾਨ ਟਰੈਕਟਰ ਤੇ ਲੱਗੇ, ਬਾਕੀ ਅਸੀਂ ਵਾਰਡਾਂ ਵਿੱਚ ਮੈਂਬਰ ਖੜਾਏ ਨੇ ਉਹ ਵੀ ਚੋਣ ਨਿਸ਼ਾਨ ਦੱਸਣਗੇ ਉਹਨਾਂ ਨੂੰ, ਸਾਡੇ ਮੈਂਬਰਾਂ ਨੂੰ ਤੇ ਮੈਨੂੰ ਟਰੈਕਟਰ ਤੇ ਨਾ ਕਾਮਯਾਬ ਬਣਾਓ, ਮੈਂ ਤੁਹਾਡਾ ਪਿੰਡ ਪੂਰਾ ਸਾਫ ਤੇ ਸੁਥਰਾ ਤੇ ਸਵੱਛ ਬਣਾਵਾਂਗਾ ਜੀ। ਜੋ ਅਸੀਂ ਸਰਦਾਰ ਗੱਜਣ ਸਿੰਘ ਨੂੰ ਕੈਂਡੀਡੇਟ ਬਣਾਇਆ ਅਸੀਂ ਪੂਰੀਆਂ ਆਸਾਂ ਰੱਖਦੇ ਹਾਂ, ਆਸਾਂ ਹੀ ਨਹੀਂ ਉਮੀਦਾਂ ਨੇ ਪੂਰੀਆਂ, ਕਿਉਂਕਿ ਇਹਨਾਂ ਨੂੰ ਪਹਿਲਾਂ ਵੀ ਅਸੀਂ ਅਧਾਰਤਾ ਸਰਪੰਚ ਬਣਾ ਕੇ ਪਿੰਡ ਵਿੱਚ ਵਿਚਰੇ ਨੇ ਔਰ ਮੈਂਬਰ ਪੰਚਾਇਤ ਵੀ ਨੇ, ਔਰ ਇਹ ਪਹਿਲਾਂ ਸੰਮਤੀ 'ਚ ਕਿਸੇ ਧੱਕੇ ਦੇ ਸ਼ਿਕਾਰ ਹੋ ਕੇ ਹਾਰ ਵੀ ਗਏ ਸੀ। ਇਸ ਲਈ ਅਸੀਂ ਜਿਹੜਾ ਪੂਰਾ ਪਿੰਡ ਹੈ ਉਹ ਪੂਰਾ ਮਾਣ ਕਰਦੇ ਹਾਂ ਕਿ ਸਰਦਾਰ ਗੱਜਣ ਸਿੰਘ ਜਿਹੜੀ ਪ੍ਰਪੋਜ਼ਲ ਲੈ ਕੇ ਚੱਲੇ ਨੇ, ਜੋ ਅਸੀਂ ਪਿੰਡ ਦੇ ਵਿੱਚ ਚਾਹੁੰਦੇ ਹਾਂ ਕਿ ਪਿੰਡ ਦਾ ਵਿਕਾਸ ਹੋਏ, ਪਿੰਡ ਦੇ ਬੱਚੇ ਜਿਹੜੇ ਹੈ ਉਹਨਾਂ ਲਈ ਵੀ ਰੁਜ਼ਗਾਰ ਮਿਲੇ, ਔਰ ਜਿਹੜਾ ਖਾਸ ਕਰਕੇ ਸਿਹਤ ਅਤੇ ਸਿੱਖਿਆ ਹੈ ਇਹ 'ਤੇ ਖਾਸ ਧਿਆਨ ਦਿੱਤਾ ਜਾਵੇ ਉਹਦੇ ਨਾਲ, ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਸਿੱਖਿਅਤ ਹੋਵੇ, ਸਿੱਖਿਅਤ ਹੋ ਕੇ ਨੌਕਰੀਆਂ ਲੱਗੇ, ਕਾਰੋਬਾਰਾਂ 'ਤੇ ਲੱਗੇ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਹੈ ਉਹ 10ਵੀਂ ਦਾ ਜਿਹੜਾ ਸਕੂਲ ਹੈ ਉਹ ਮੇਰੇ ਟਾਈਮ 'ਤੇ ਬਣਿਆ ਸੀਗਾ 96-97 'ਚ, ਉਸ ਤੋਂ ਬਾਅਦ ਇਹ ਜਿਹੜਾ ਉਪਗ੍ਰੇਡ ਨਹੀਂ ਹੋਇਆ। ਅਸੀਂ ਬੜੀ ਕੋਸ਼ਿਸ਼ ਕੀਤੀ, ਸਰਕਾਰਾਂ ਕੋਲ ਮਿਹਨਤ ਕੀਤੀ, ਉਸ ਟਾਈਮ ਬਾਦਲ ਸਾਹਿਬ ਨੇ ਸਕੂਲ ਬੜੇ ਵੱਡੇ ਪੱਧਰ 'ਤੇ ਬਣਾਏ, ਉਦੋਂ ਵੀ ਰਹਿ ਗਿਆ ਸਾਡਾ, ਪਰ ਅਸੀਂ ਹੁਣ ਇਹ ਸੋਚਿਆ ਕਿ ਜੇ ਸਰਕਾਰ ਨਹੀਂ ਬਣਾਉਂਦੀ ਤਾਂ ਅਸੀਂ ਪੰਚਾਇਤ ਦੇ ਖਰਚੇ 'ਤੇ ਪਲੱਸ 2 ਦਾ ਸਕੂਲ ਜਿਹੜਾ ਉਹਨੂੰ ਪਹਿਲੇ ਸਾਲ ਤੋਂ ਚਲਾਇਆ ਜਾਵੇ, ਤਾਂ ਕਿ ਜਿਹੜੇ ਬੱਚੀਆਂ ਸਾਡੀਆਂ ਪੈਦਲ ਤੁਰ ਕੇ ਪਾਤਰਾਂ ਜਾਂਦੀਆਂ ਉਹ ਕਿ ਆਪਣੇ ਪਿੰਡ ਦੇ ਵਿੱਚ ਸਿੱਖਿਆ ਲੈ ਸਕਣ, ਔਰ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਰਾਂ ਨੂੰ ਅਪੀਲ ਕਰ ਦਿਓ। ਵੋਟਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਸਰਦਾਰ ਗੱਜਣ ਸਿੰਘ ਨੂੰ ਆਪਾਂ 15 ਤਰੀਕ ਨੂੰ ਇਕੱਲੀ ਇਕੱਲੀ ਵੋਟ ਜਿਹੜੀ ਹੈ ਉਹ ਟਰੈਕਟਰ ਨਿਸ਼ਾਨ 'ਤੇ ਪਾ ਕੇ ਆਪਾਂ ਵੱਡੇ ਪੱਧਰ 'ਤੇ ਗੱਜਣ ਸਿੰਘ ਨੂੰ ਜਿਤਾਈਏ, ਔਰ ਮੈਂ ਤਾਂ ਆਪਣੇ ਵੱਲੋਂ ਇਹ ਕਰਾਂਗਾ, ਕਹਾਂਗਾ ਕਿ ਸਾਡੇ ਵਾਰਡ ਦੇ ਵਿੱਚੋਂ ਔਰ ਸਾਡੇ 3 ਨੰਬਰ ਵਾਰਡ ਦੇ ਵਿੱਚੋਂ ਅਤੇ 1 ਨੰਬਰ ਵਾਰਡ ਦੇ ਵਿੱਚੋਂ 4 ਨੰਬਰ ਵਾਰਡ ਦੇ ਵਿੱਚੋਂ ਜੋ SC ਨੇ ਉਹਨਾਂ ਨੂੰ ਸਰਦਾਰ ਗੱਜਣ ਸਿੰਘ ਨੂੰ ਜਿੱਤ ਦੇਵਾਂਗੇ, ਜਿੱਤੀ ਨਹੀਂ ਵੱਡੇ ਪੱਧਰ 'ਤੇ ਜਿਤਾਵਾਂਗੇ। ਸੋ ਸਾਰੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਟਰੈਕਟਰ ਦੇ ਨਿਸ਼ਾਨ 'ਤੇ ਇਕੱਲੀ ਇਕੱਲੀ ਵੋਟ ਪਾ ਕੇ ਆਪਾਂ ਸਰਦਾਰ ਗੱਜਣ ਸਿੰਘ ਨੂੰ ਜਿਤਾਈਏ। ਨਾਂ ਦੱਸ ਇੱਧਰ ਨਾਂ ਬੋਲੇ ਸ਼ੁਕਰ ਆ ਮੇਰਾ ਮਾਲਕ ਸਿੱਧੇ ਆਵੇਗਾ। ਇਹ ਪਾਤਰਾਂ ਦੇ ਵਿੱਚ ਜੀ ਹਿਊ ਪਿੰਡ ਦੇ ਵਿੱਚ ਚੋਣਾਂ ਦਾ ਮੁੱਦਾ ਜਦੋਂ ਵੀ ਆਉਂਦਾ ਆ ਉਹ ਇੱਕ ਮੁੱਦਾ ਬਣ ਕੇ ਉੱਭਰਦਾ, ਭਾਵੇਂ ਉਹ MLA ਦੀਆਂ ਵੋਟਾਂ ਹੋਣ ਭਾਵੇਂ MP ਦੀਆਂ ਵੋਟਾਂ ਹੋਣ, ਕਿਉਂਕਿ ਇਸ ਪਿੰਡ ਦੇ ਵਿੱਚ ਲੀਡਰਾਂ ਦਾ ਪਿੰਡ ਗਿਣਿਆ ਜਾਂਦਾ ਆ। ਗੁਲਾਬ ਸਿੰਘ ਅਤੇ ਗੱਜਣ ਸਿੰਘ ਦੇ ਵਿੱਚ ਟੱਕਰ ਆ ਜੀ ਇਸ ਪਿੰਡ ਦੇ ਵਿੱਚ, ਅਤੇ ਗੱਜਣ ਸਿੰਘ ਐਤਕੀ ਆਪਣੀ ਬਲਾਦਰੀ ਅਤੇ ਦੂਜੀਆਂ ਬਲਾਦਰੀਆਂ ਨੂੰ ਜੋੜ ਕੇ ਇੱਕ ਤਗੜਾ ਧੜਾ ਬਣ ਕੇ ਇਸ ਪਿੰਡ ਦੇ ਵਿੱਚ ਉੱਭਰਿਆ ਆ। ਗੁਲਾਬ ਸਿੰਘ ਦੇ ਵਿੱਚ ਜਿਹੜੀ ਉਹ ਪਹਿਲੀ ਚੀਜ਼ ਸੀਗੀ ਵੀ ਮੈਂ ਉਹਦੀ ਮੈਂ ਨੇ ਉਹਨੂੰ ਪਿੱਛੇ ਕੀਤਾ ਆ, ਅਤੇ ਇਸ ਬੰਦੇ ਦੀ ਨਿਮਰਤਾ ਨੇ ਇਹਨੂੰ ਉੱਤੇ ਲੈ ਕੇ ਆਇਆ। ਸਾਨੂੰ ਤਾਂ ਅੱਜ ਦੇ ਜਿਹੜੇ ਹਾਲਾਤ ਲੱਗਦੇ ਨੇ ਅੱਜ ਗੱਜਣ 80-20 ਦੇ ਅੰਕੜੇ ਨਾਲ ਅੱਗੇ ਜਾਂਦਾ ਪਿਆ ਜੀ, ਅਤੇ ਜੇ ਆਪਣੀ ਨਿਮਰਤਾ ਨੂੰ ਇਸ ਤਰ੍ਹਾਂ ਕਾਇਮ ਰੱਖਦਾ ਤਾਂ ਜਿੱਤ ਦਾ ਪੱਕਾ ਦਾਅਵੇਦਾਰ ਆ, ਕਿਉਂਕਿ ਇਹ ਬੰਦੇ ਦੇ ਵਿੱਚ ਨਿਮਰਤਾ। ਪਿਛਲੇ 5 ਸਾਲਾਂ ਦੇ ਵਿੱਚ ਇਹਨੇ ਕਿਸੇ ਵੀ ਪਿੰਡ ਦੇ ਇਹੋ ਜਿਹੇ ਬੰਦੇ ਨਾਲ ਸਹਿਯੋਗ ਮਿਲਵਰਤਨ ਅਤੇ ਉਹਨਾਂ ਦੇ ਕੰਮ ਕਰਾਉਣ 'ਚ ਕੋਈ ਕਮੀ ਨਹੀਂ ਛੱਡੀ, ਅੱਗੇ ਹੋ ਕੇ ਕੰਮ ਕਰਾਏ ਨੇ। ਪਿੰਡ ਦੀ ਸਪੋਰਟ ਰਹੂਗੀ ਸਾਰੀ ਜਿਹਨਾਂ ਸਾਰੇ ਪਿੰਡ ਦੀ ਸਾਰੀਆਂ ਬਲਾਦਰੀਆਂ ਦੀ ਗੱਜਣ ਦੇ ਨਾਲ ਐਤਕੀ ਗੱਡ ਕੇ ਸਪੋਰਟ ਰਹੂਗੀ ਗੱਜਣ ਸਿੰਘ ਨਾਲ। ਚੋਣ ਨਿਸ਼ਾਨ ਦਾ ਟਰੈਕਟਰ ਹੈ ਜੀ, ਲੋਕਾਂ ਦਾ ਉਂਝ ਵੀ ਫੇਵਰੇਟ ਟਰੈਕਟਰ ਹੈ ਜੀ। 15 ਤਰੀਕ ਨੂੰ ਲੋਕਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਗੱਜਣ ਸਿੰਘ ਦਾ ਸਾਥ ਦਿਓ ਅਤੇ ਵਿਕਾਸ ਦੇ ਕੰਮਾਂ ਦੇ ਵਿੱਚ ਗੱਜਣ ਸਿੰਘ ਅੱਗੇ ਹੋ ਕੇ ਲੱਗੂਗਾ ਸਾਰੇ ਪਿੰਡ ਦੇ। ਇਹ ਕੰਮ ਦੇ ਹਰ ਕੰਮ ਦੇ ਅੱਗੇ ਆ ਕੇ ਲੜਾਂਗਾ, ਤੁਹਾਡੇ ਪਿੰਡ ਦਾ ਨਕਸ਼ਾ ਬਦਲਣ 'ਚ ਮੈਂ ਪੂਰਾ ਸਹਿਯੋਗ ਕਰਾਂਗਾ। ਮੈਂ ਇਹੋ ਜਿਹਾ ਕੰਮ ਕਰਾਂਗਾ, ਮੇਰੇ ਵਾਸਤੇ ਕੋਈ ਦੁਸ਼ਮਣੀ ਕੋਈ ਕੁਛ ਨਹੀਂ। ਨਾ ਆਪਣੇ ਵਾਸਤੇ ਕਿਸੇ ਨੂੰ ਕੋਈ ਉਹ ਨਹੀਂ, ਆਪਾਂ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਦਾ, ਕੋਈ ਬੰਦਾ ਵੀ ਆਪਣੇ ਖਿਲਾਫ ਨਹੀਂ ਹੈਗਾ, ਆਪਾਂ ਕਿਸੇ ਦੇ ਖਿਲਾਫ ਨਹੀਂ। ਖਿਲਾਫ ਕਾਹਦੇ ਵਾਸਤੇ? ਹਾਂ ਜਿਹੜੇ ਸ਼ਾਮਲਾਲ ਜ਼ਮੀਨ 'ਤੇ ਬੈਠੇ ਨੇ ਉਹ ਠੇਕਾ ਭਰਨ ਆਪਣੀ ਜ਼ਮੀਨ ਮਾਣ, ਮੈਨੂੰ ਉਹਨਾਂ ਦੀ ਜ਼ਮੀਨ ਨਾਲ ਕੁਛ ਲੈਣਾ ਦੇਣਾ ਨਹੀਂ।
ਜੇ ਮੇਰੇ ਕੋਲ ਕੋਈ ਗਲਤੀ ਪਿੱਛੇ ਹੋਈ ਤਾਂ ਮੈਂ ਉਹਨਾਂ ਤੋਂ ਹੱਥ ਬੰਨ ਕੇ ਮਾਫ਼ੀ ਮੰਗ ਲਵਾਂਗਾ, ਠੀਕ ਹੈ ਜੀ? ਬਸ ਬੇਨਤੀ ਹੈ ਵੀ ਇਸ ਵਾਰੀ ਨਾ ਨਾ ਜ਼ਰੂਰ ਕੋਈ ਚੱਕਰ ਨਹੀਂ, ਠੀਕ ਹੈ? ਨਹੀਂ ਨਾ ਕੋਈ ਚੱਕਰ ਨਹੀਂ।